ਪੰਜਾਬ ਦੇ ਪ੍ਰਧਾਨ ਦੇ ਬਾਰੇ 'ਚ ਬਹੁਤ ਲੋਕ ਚਰਚਾ ਕਰਦੇ ਨੇ ਔਰ ਸਾਡੇ ਕਾਰਜਕਰਤਾ ਬਹੁਤ ਜਲਦਬਾਜ਼ੀ ਕਰਦੇ ਆ। ਉਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਸਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਉਹ ਬਹੁਤ ਸੂਝਵਾਨ ਆ ਔਰ ਬਹੁਤ ਸੋਚ ਸਮਝ ਕੇ ਫੈਸਲੇ ਹੋਣਗੇ, ਪਾਰਟੀ ਦੇ ਹਿੱਤ 'ਚ ਹੋਣੇ ਆ, ਕਿਉਂਕਿ 2027 ਦੇ ਅੰਦਰ ਪੰਜਾਬ ਦੇ ਅੰਦਰ ਸਰਕਾਰ ਆਉਣੀ ਹੈ ਔਰ ਜਾਖੜ ਸਾਹਿਬ ਵੀ ਪਾਰਟੀ ਦੇ ਨਾਲ ਹੀ ਰਹਿਣੇ ਆ, ਕੋਈ ਐਸੀ ਗੱਲ ਨਹੀਂ ਹੈ, ਔਰ ਇਸ ਵੇਲੇ ਪ੍ਰਧਾਨ ਉਹੀ ਨੇ ਔਰ ਇਹਦੀ ਜਿਹੜਾ ਕੰਮ ਸਾਡਾ ਅਸੀਂ ਉਹ ਕਰੀਏ, ਅਸੀਂ ਮੈਂਬਰਸ਼ਿਪ ਕਰਨੀ ਆ ਜਾਂ ਅਸੀਂ ਹੋਰ ਬਾਕੀ ਸਾਰੇ ਕੰਮ ਕਰਨੇ ਆ ਪਾਰਟੀ ਦੇ, ਸੰਗਠਨ ਮਜ਼ਬੂਤ ਕਰਨਾ, 22 ਇਲੈਕਸ਼ਨ ਆਉਂਦੀਆਂ ਉਹਦੇ 'ਚ ਵੀ ਸੰਘਰਸ਼ ਕਰਨਾ, ਪਰ ਅਸੀਂ ਇਸ ਚਿੰਤਾ 'ਚ ਨਾ ਪਈਏ ਕਿ ਸਾਡਾ ਪ੍ਰਧਾਨ ਕੌਣ ਆਉਂਦਾ, ਪ੍ਰਧਾਨ ਸੰਗਠਨ ਦਾ ਹੀ ਕਾਰਜਕਰਤਾ ਹੋਏਗਾ ਔਰ ਜਾਂ ਅਜੇ ਤੱਕ ਜਾਖੜ ਸਾਹਿਬ ਨੇ, ਜਦੋਂ ਤੱਕ ਉਹ ਰਹਿਣਗੇ ਉਹਨਾਂ ਦਾ ਸਵਾਗਤ ਆ ਔਰ ਕੇਂਦਰ ਨੇ ਰੱਖਣਾ ਹੈਗਾ ਔਰ ਸਾਡੀ ਉਹਦੇ 'ਚ ਕੋਈ ਬਹੁਤ ਲੰਬੀ ਚੌੜੀ ਭੂਮਿਕਾ ਨਹੀਂ ਹੁੰਦੀ, ਸਾਡੇ ਕੋਲੋਂ ਸਲਾਹ ਮੰਗਣਗੇ ਜ਼ਰੂਰ ਦੇਵਾਂਗੇ, ਪਰ ਜਾਖੜ ਸਾਹਿਬ ਦਾ ਬਰਾਬਰ ਸਨਮਾਨ ਕਰਦੇ ਰਹੋ, ਉਹ ਸਾਡੇ ਪ੍ਰਧਾਨ। ਪੰਜਾਬ ਦੇ ਪ੍ਰਧਾਨ ਦੇ ਬਾਰੇ 'ਚ ਬਹੁਤ ਲੋਕ ਚਰਚਾ ਕਰਦੇ ਨੇ ਔਰ ਸਾਡੇ ਕਾਰਜਕਰਤਾ ਬਹੁਤ ਜਲਦਬਾਜ਼ੀ ਕਰਦੇ ਆ। ਉਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਸਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਉਹ ਬਹੁਤ ਸੂਝਵਾਨ ਆ ਔਰ ਬਹੁਤ ਸੋਚ ਸਮਝ ਕੇ ਫੈਸਲੇ ਹੋਣਗੇ, ਪਾਰਟੀ ਦੇ ਹਿੱਤ 'ਚ ਹੋਣੇ ਆ, ਕਿਉਂਕਿ 2027 ਦੇ ਅੰਦਰ ਪੰਜਾਬ ਦੇ ਅੰਦਰ ਸਰਕਾਰ ਆਉਣੀ ਹੈ ਔਰ ਜਾਖੜ ਸਾਹਿਬ ਵੀ ਪਾਰਟੀ ਦੇ ਨਾਲ ਹੀ ਰਹਿਣੇ ਆ, ਕੋਈ ਐਸੀ ਗੱਲ ਨਹੀਂ ਹੈ, ਔਰ ਇਸ ਵੇਲੇ ਪ੍ਰਧਾਨ ਉਹੀ ਨੇ ਔਰ ਇਹਦੀ ਜਿਹੜਾ ਕੰਮ ਸਾਡਾ ਅਸੀਂ ਉਹ ਕਰੀਏ, ਅਸੀਂ ਮੈਂਬਰਸ਼ਿਪ ਕਰਨੀ ਆ ਜਾਂ ਅਸੀਂ ਹੋਰ ਬਾਕੀ ਸਾਰੇ ਕੰਮ ਕਰਨੇ ਆ ਪਾਰਟੀ ਦੇ, ਸੰਗਠਨ ਮਜ਼ਬੂਤ ਕਰਨਾ, 22 ਇਲੈਕਸ਼ਨ ਆਉਂਦੀਆਂ ਉਹਦੇ 'ਚ ਵੀ ਸੰਘਰਸ਼ ਕਰਨਾ, ਪਰ ਅਸੀਂ ਇਸ ਚਿੰਤਾ 'ਚ ਨਾ ਪਈਏ ਕਿ ਸਾਡਾ ਪ੍ਰਧਾਨ ਕੌਣ ਆਉਂਦਾ, ਪ੍ਰਧਾਨ ਸੰਗਠਨ ਦਾ ਹੀ ਕਾਰਜਕਰਤਾ ਹੋਏਗਾ ਔਰ ਜਾਂ ਅਜੇ ਤੱਕ ਜਾਖੜ ਸਾਹਿਬ ਨੇ, ਜਦੋਂ ਤੱਕ ਉਹ ਰਹਿਣਗੇ ਉਹਨਾਂ ਦਾ ਸਵਾਗਤ ਆ ਔਰ ਕੇਂਦਰ ਨੇ ਰੱਖਣਾ ਹੈਗਾ ਔਰ ਸਾਡੀ ਉਹਦੇ 'ਚ ਕੋਈ ਬਹੁਤ ਲੰਬੀ ਚੌੜੀ ਭੂਮਿਕਾ ਨਹੀਂ ਹੁੰਦੀ, ਸਾਡੇ ਕੋਲੋਂ ਸਲਾਹ ਮੰਗਣਗੇ ਜ਼ਰੂਰ ਦੇਵਾਂਗੇ, ਪਰ ਜਾਖੜ ਸਾਹਿਬ ਦਾ ਬਰਾਬਰ ਸਨਮਾਨ ਕਰਦੇ ਰਹੋ, ਉਹ ਸਾਡੇ ਪ੍ਰਧਾਨ। ਪੰਜਾਬ ਦੇ ਪ੍ਰਧਾਨ ਦੇ ਬਾਰੇ 'ਚ ਬਹੁਤ ਲੋਕ ਚਰਚਾ ਕਰਦੇ ਨੇ ਔਰ ਸਾਡੇ ਕਾਰਜਕਰਤਾ ਬਹੁਤ ਜਲਦਬਾਜ਼ੀ ਕਰਦੇ ਆ। ਉਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਸਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਉਹ ਬਹੁਤ ਸੂਝਵਾਨ ਆ ਔਰ ਬਹੁਤ ਸੋਚ ਸਮਝ ਕੇ ਫੈਸਲੇ ਹੋਣਗੇ, ਪਾਰਟੀ ਦੇ ਹਿੱਤ 'ਚ ਹੋਣੇ ਆ, ਕਿਉਂਕਿ 2027 ਦੇ ਅੰਦਰ ਪੰਜਾਬ ਦੇ ਅੰਦਰ ਸਰਕਾਰ ਆਉਣੀ ਹੈ ਔਰ ਜਾਖੜ ਸਾਹਿਬ ਵੀ ਪਾਰਟੀ ਦੇ ਨਾਲ ਹੀ ਰਹਿਣੇ ਆ, ਕੋਈ ਐਸੀ ਗੱਲ ਨਹੀਂ ਹੈ, ਔਰ ਇਸ ਵੇਲੇ ਪ੍ਰਧਾਨ ਉਹੀ ਨੇ ਔਰ ਇਹਦੀ ਜਿਹੜਾ ਕੰਮ ਸਾਡਾ ਅਸੀਂ ਉਹ ਕਰੀਏ, ਅਸੀਂ ਮੈਂਬਰਸ਼ਿਪ ਕਰਨੀ ਆ ਜਾਂ ਅਸੀਂ ਹੋਰ ਬਾਕੀ ਸਾਰੇ ਕੰਮ ਕਰਨੇ ਆ ਪਾਰਟੀ ਦੇ, ਸੰਗਠਨ ਮਜ਼ਬੂਤ ਕਰਨਾ, 22 ਇਲੈਕਸ਼ਨ ਆਉਂਦੀਆਂ ਉਹਦੇ 'ਚ ਵੀ ਸੰਘਰਸ਼ ਕਰਨਾ, ਪਰ ਅਸੀਂ ਇਸ ਚਿੰਤਾ 'ਚ ਨਾ ਪਈਏ ਕਿ ਸਾਡਾ ਪ੍ਰਧਾਨ ਕੌਣ ਆਉਂਦਾ, ਪ੍ਰਧਾਨ ਸੰਗਠਨ ਦਾ ਹੀ ਕਾਰਜਕਰਤਾ ਹੋਏਗਾ ਔਰ ਜਾਂ ਅਜੇ ਤੱਕ ਜਾਖੜ ਸਾਹਿਬ ਨੇ, ਜਦੋਂ ਤੱਕ ਉਹ ਰਹਿਣਗੇ ਉਹਨਾਂ ਦਾ ਸਵਾਗਤ ਆ ਔਰ ਕੇਂਦਰ ਨੇ ਰੱਖਣਾ ਹੈਗਾ ਔਰ ਸਾਡੀ ਉਹਦੇ 'ਚ ਕੋਈ ਬਹੁਤ ਲੰਬੀ ਚੌੜੀ ਭੂਮਿਕਾ ਨਹੀਂ ਹੁੰਦੀ, ਸਾਡੇ ਕੋਲੋਂ ਸਲਾਹ ਮੰਗਣਗੇ ਜ਼ਰੂਰ ਦੇਵਾਂਗੇ, ਪਰ ਜਾਖੜ ਸਾਹਿਬ ਦਾ ਬਰਾਬਰ ਸਨਮਾਨ ਕਰਦੇ ਰਹੋ, ਉਹ ਸਾਡੇ ਪ੍ਰਧਾਨ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।